ਨਹੀਂ, ਗਰਮੀ ਵਾਲੀ ਚਾਦਰ ਚਾਹੀਦੀ, ਗਰਮੀ ਵਾਲੀ ਪਤਲੀ ਜੀ ਜਿਹੜੀ ਹੁੰਦੀ ਪਤਲੀ। ਅੱਛਾ, ਛਿਲਕੇ ਵਾਲੀ? ਛਿਲਕੇ ਵਾਲੀ ਕਿਹੜੀ ਹੁੰਦੀ ਚਾਦਰ? ਹੁਕਮ ਲੰਗਾ ਦੀ ਦੇ ਦਈਏ ਤੁਹਾਨੂੰ। ਆ ਸ਼ੀਸ਼ੇ ਵਾਲੀ ਆ? ਹਾਂਜੀ, ਇਹਦੇ ਨਾਲ ਕੰਘਾ ਵੀ ਦੇਈਦਾ। ਵੇ ਕੁੰਡਲਾਂ ਦੇ ਵਾਲਾਂ ਵਾਲਿਆ, ਤੇਰੇ ਨਾਲ ਪਿਆਰ ਪਾ ਲਿਆ। ਵੇ ਕੁੰਡਲਾਂ ਦੇ ਵਾਲਾਂ। ਹਾਂਜੀ ਮਲਕ ਸਾਹਿਬ, ਕੀ ਬਣੇਗਾ? ਸੀਜ਼ਨ ਆ ਗਿਆ ਹੁਣ, ਮੈਂ ਕਹਿੰਦਾ ਕਿ ਫਟਾਫਟ ਵਿਕ ਜਾਣੀਆਂ ਚਾਹੀਦੀਆਂ ਨੇ ਚਾਦਰਾਂ। ਮੇਰੇ ਹਾਂ ਚੰਗ ਲੱਗਾ। ਆ ਕੀ ਲਾਇਆ? ਕਿਵੇਂ ਲਾਇਆ ਜੀ? ਅੱਛਾ, ਇੱਕ ਪੀਸ? ਵਾਹ ਜੀ ਵਾਹ, ਦੁਕਾਨ ਤਾਂ ਮਾਸ਼ਾਅੱਲਾ ਬੜੀ ਵਧੀਆ ਹੈਗੀ ਹੈ, ਬੰਦੇ ਵੀ ਚੰਗੇ ਹੋਣ ਨਾ ਲੈ ਲਈਏ। ਸਲਾਮ ਅਲੈਕੁਮ ਭਾਈ ਜੀ। ਵਾਲੇਕੁਮ ਸਲਾਮ, ਕੀ ਹਾਲ ਹੈ? ਠੀਕ ਹੈ ਜੀ, ਛੱਤ ਡਿੱਗ ਪਈ ਸਾਡੇ ਤੇ, ਠੀਕ ਹਾਂ ਅਸੀਂ। ਹਾਂਜੀ ਠੀਕ ਠਾਕ ਆ, ਤੁਸੀਂ ਸੁਣਾਓ ਠੀਕ ਹੋ? ਹਾਂ ਠੀਕ ਠੀਕ। ਸ਼ਾਲ ਤਾਂ ਵਹਾ ਕੋਈ ਹੈ ਜੀ? ਆ ਵੇਖ ਲਓ ਲੱਗੀ ਆ। ਵਹਾਏਗਾ ਤੇ ਫੇਰ ਆ। ਹੈਲੋ, ਇਹ ਕੀ ਹੈ? ਇਹ ਗੱਡੀ ਸਾਫ ਕਰਨ ਵਾਲਾ ਕੱਪੜਾ ਹੈ ਜੀ, ਚੱਦਰ ਹੈ ਹੋਰ ਕੀ। ਅੱਛਾ ਅੱਛਾ ਅੱਛਾ, ਇਹ ਚੱਦਰਾਂ ਸਾਰੀਆਂ ਇੱਥੋਂ ਮਿਲਦੀਆਂ? ਨਹੀਂ, ਇੱਥੋਂ ਮਿਲਦੀਆਂ ਨੇ। ਯਾ ਕਰ ਰਿਹਾ ਤੂੰ ਮੇਰੇ ਨਾਲ? ਹੈ ਕਿਹੜੇ ਕਲਰ ਨੇ ਇਹਦੇ ਚ? ਹੈ ਜੀ ਤੁਹਾਡੇ ਸਾਹਮਣੇ ਨੇ, ਆ ਵੇਖੋ ਜੀ ਕਲਰ। ਤੁਸੀਂ ਕੋ ਮਾਸਟਰ ਪੇਂਟ ਲੈਣ ਆਏ? ਉਹ ਜਿਹੜਾ ਨਾ ਉਹ ਦਿਖਾ ਖਾ ਕਲਰ। ਕਿਹੜਾ ਜੀ? ਇਹ ਜਿਹੜਾ ਨਹੀਂ, ਇਹ ਤਾਂ ਪਹਿਲੇ ਵੇਖ ਲਓ ਤੁਸੀਂ। ਇਹ ਕਿਹੜਾ ਕਲਰ ਆ? ਇਹ ਤੁਹਾਡੇ ਸਾਹਮਣੇ ਨੇ, ਜਿਹੜਾ ਪਸੰਦ ਕਰੋਗੇ ਤੁਹਾਨੂੰ ਦੇ ਦੇਵਾਂਗੇ। ਸੁਦੇ ਦਾ ਮੁੰਡਾ ਇੱਥੋਂ ਲੱਗਿਆ ਚਾਦਰਾਂ? ਨਹੀਂ ਜੀ, ਇਸ ਨਾਂ ਦਾ ਬੰਦਾ ਮਰੀ ਨਹੀਂ ਆਉਂਦਾ ਜੀ। ਮੈਨੂੰ ਕਿਹਾ ਉਹਨੇ ਐਡਰੈਸ ਦਿੱਤਾ ਸੀ, ਕਹਿੰਦਾ ਮਰੀ ਜਾ ਤੇ ਜਾ ਕੇ ਦੁਕਾਨ ਹੈਗੀ ਤੇ ਉੱਥੇ ਚਾਦਰਾਂ ਮਿਲਦੀ। ਹਾਂ, ਇਹ ਵਨ ਸ਼ਾਪ ਡਾਲਰ ਹੈਗੀ ਹੈ। ਆਹੋ, ਇਹੀ ਡਰੈਸ ਮਸ਼ਹੂਰ ਡਾਲਰ ਹੈ ਜੀ। ਇਹੀ ਦੱਸਿਆ ਸੀ ਉਹਨੇ ਡਰੈਸ ਕੇ ਵਨ ਸ਼ਾਪ ਡਾਲਰ ਹੈ ਨਾ ਜਿਹੜੀ। ਹਾਂ ਜੀ, ਉੱਥੇ ਤੁਹਾਨੂੰ ਚੰਗੀ ਚਾਦਰ ਮਿਲ ਜਾਏਗੀ, ਬਿਹਤਰੀਨ ਚਾਦਰ ਹੈ ਜਨਾਬ। ਇਹ ਮਾਮਬਰੀ ਸਰਕਾਰ ਦੀ ਮਸ਼ਹੂਰ ਦੁਕਾਨ ਹੈ। ਇਹ ਜਿਹੜੀ ਇਹ ਨਹੀਂ, ਇਹ ਸ਼ਾਪ ਦੀ ਗੱਲ ਕਰ ਰਹੇ ਹਾਂ। ਸਾਰੀ ਦੁਕਾਨ ਜਿਹੜੀ? ਸਾਰੀ ਨਹੀਂ, ਇਹ ਜਿੰਨੀ ਕੁ ਹੈਗੀ ਹੈ ਜੀ। ਅੱਛਾ ਅੱਛਾ, ਸਾਰੀ ਇਹ। ਕੋਈ ਹੋਰ ਕਲਰ ਦੀ ਦਿਖਾ ਮੈਨੂੰ। ਹੋਰ ਕਲਰ ਦੱਸੋਗੇ ਤਾਂ ਫੇਰ ਹੀ। ਨੀਲਾ ਕਲਰ ਨਹੀਂ ਹੁੰਦਾ ਜਿਹੜਾ? ਨੀਲਾ ਉਹ ਫਿਰ ਤੁਸੀਂ ਚਿੱਟੀ ਚਾਦਰ ਲੈ ਜਾਓ, ਨੀਲ ਘਰ ਕਰ ਲੈਣਾ। ਚਿੱਟੀ ਚਾਦਰ ਤੇ ਕਿੱਦਾਂ ਨੀਲ ਹੁੰਦਾ ਵੇ? ਹੁੰਦਾ ਹੈ, ਕਿਉਂ ਨਹੀਂ ਹੁੰਦਾ? ਉਹ ਕਿੱਦਾਂ ਹੁੰਦਾ? ਇਹ ਜਿਵੇਂ ਆ ਤੁਸੀਂ ਚਿੱਟਾ ਸੂਟ ਪਾਇਆ। ਆਹੋ, ਇਹ ਮੈਨੂੰ ਲਾ ਕੇ ਦਿਓ, ਮੈਂ ਤੁਹਾਨੂੰ ਹੁਣੇ ਨੀਲ ਕਰਕੇ ਦਿੰਦਾ। ਤੈਨੂੰ ਕਾਹਦੇ ਲਈ ਲਾ ਦਈਏ, ਬਿਮਾਰ ਆ ਤੂੰ? ਚਾਦਰ ਦਾ ਹਾਂ ਕੋਈ ਚੰਗੀ ਜੀ ਤੇ ਬਖਾਨ ਤੇ ਡਿਆ ਤੁਹਾਡੀਆਂ। ਇਹ ਕਲਰ ਨਹੀਂ ਮੈਨੂੰ ਪਸੰਦ ਆਉਣ ਡਿਆ। ਤੁਸੀਂ ਚਾਦਰ ਲੈਣੀ ਕਿ ਸਾੜੀ ਲੈਣ ਆਏ ਹੋ? ਯਾਰ ਚਾਦਰ ਹੀ ਲੈਣ ਆਇਆ। ਆ ਤੇ ਚਾਦਰ ਲਵੋ ਤੁਸੀਂ, ਕਿਹੜਾ ਕੋਈ ਫੰਕਸ਼ਨ ਤੇ ਜਾਣਾ? ਤੂੰ ਫੁੱਲ ਬੂਟਿਆਂ ਲਈ ਵਖਾਵਾਂ ਤੁਹਾਨੂੰ? ਜਮੀਲ ਨੇ ਕਿਹਾ ਸੀ ਉੱਥੇ ਜਾ ਕੇ ਲੈ ਚਾਦਰਾਂ, ਸਹੀ ਮਿਲਦੀਆਂ। ਤੇ ਫਿਰ ਤੁਸੀਂ ਉੱਥੇ ਜਾਓ ਨਾ, ਤੁਸੀਂ ਫਿਰ ਗਲਤ ਦੁਕਾਨ ਤੇ ਆ ਗਏ ਹੋ। ਇਹ ਕਿਹੜੀ ਦੁਕਾਨ ਆ, ਕੀ ਨਾਂ ਹੈ ਦਾ? ਇਹ ਵਨ ਸ਼ਾਪ ਡਾਲਰ। ਇਹੀ ਮੈਂ ਤੈਨੂੰ ਦੱਸਿਆ ਕਿ ਇਹੀ ਦੁਕਾਨ ਤੇ ਭੇਜਿਆ ਉਹਨਾਂ ਨੇ, ਵਨ ਸ਼ਾਪ ਡਾਲਰ ਜਿਹੜੀ। ਹਾਂਜੀ, ਤੇ ਚਾਦਰ ਕੋਈ ਦਿਖਾਓ ਜਿਹੜੀ ਗਰਮੀਆਂ ਨੂੰ ਪਾਈਏ ਨਾ ਠੰਡ ਲੱਗੇ। ਗਰਮੀਆਂ ਨੂੰ? ਗਰਮੀਆਂ ਨੂੰ ਪਾਈਏ ਨਾ ਠੰਡ ਲੱਗੇ। ਚਾਦਰ ਨਹੀਂ ਪੈਂਦੀ ਭਾਜੀ, ਉਹ ਤਾਂ ਕੋਈ ਪਜਾਮਾ ਪਾਓ, ਕੋਈ ਸਲਵਾਰ ਪਾਓ,
ਉਹ ਸੂਤੀ ਇੰਜ ਦੀ ਕੋਈ ਚੀਜ਼ ਚਾਦਰ ਨਹੀਂ ਪੈਂਦੀ, ਚਾਦਰ ਉੱਤੇ ਲਈ ਜਾਂਦੀ। ਉੱਤੇ ਕਿੱਥੇ ਲੈਣਾ, ਮੈਂ ਆਪਣੇ ਤੇ ਲੈਣੀ ਹੈ। ਹਾਂ, ਲੇਕਿਨ ਇਹ ਚਾਦਰ ਉਦੋਂ ਤੁਹਾਡੇ ਲੈਣ ਵਾਲੀ ਹੈ ਜਦੋਂ ਤੁਸੀਂ ਮੰਜੇ ਤੇ ਪਏ ਹੋਵੋ, ਉੱਤੋਂ ਬੰਦਾ ਇੰਜ ਦੇ ਦੇਵੇ। ਮੰਜੇ ਤੇ ਕਿੱਥੇ ਮੈਂ ਪੈ ਰਿਹਾ? ਜੇ ਮੱਖੀਆਂ ਮੁੱਖੀਆਂ ਤੋਂ ਬਚਦੇ ਆ, ਕੋਈ ਠੰਡ ਠੁੰਡ ਤੋਂ ਬਚਦੇ। ਉਹ ਨਹੀਂ, ਗਰਮੀ ਵਾਲੀ ਚਾਦਰ ਚਾਹੀਦੀ, ਗਰਮੀ ਵਾਲੀ ਪਤਲੀ ਜੀ ਜਿਹੜੀ ਹੁੰਦੀ ਪਤਲੀ। ਅੱਛਾ, ਛਿਲਕੇ ਵਾਲੀ? ਛਿਲਕੇ ਵਾਲੀ ਕਿਹੜੀ ਹੁੰਦੀ? ਹੁਕਮ ਲੰਗਾ ਦੀ ਦੇ ਦੀਏ ਯਾਰ, ਮੈਂ ਚਾਦਰ ਲੈਣੀ ਤੇ ਕੋਈ, ਤੂੰ ਹਕੀਮ ਵਾਲੀਆਂ ਗੱਲਾਂ ਕਰੀ ਜਾਂਦਾ ਤੂੰ ਮੈਨੂੰ। ਤੇ ਆਪ ਹੀ ਕਹਿੰਦੇ ਹੋ ਗਰਮੀਆਂ ਵਾਲੀ ਚਾਦਰ, ਹੁਣ ਕੀ ਮੈਂ ਕਿਹੜੀ ਦੇ ਦਾਂ? ਗੂੰਦ ਕਤੀਰੇ ਵਾਲੀ ਦੇ ਦਾਂ ਤੁਹਾਨੂੰ? ਗਰਮੀ ਵਾਲੀ ਚਾਦਰ ਦਾ ਹਾਕ ਆ ਬੰਦੇ ਤੋਂ, ਰੋ ਦੀ ਵਿਖਾ ਦਾਂ ਤੁਹਾਨੂੰ। ਗਰਮੀਆਂ ਵਾਲੀ ਕਿਹੜੀ ਚਾਦਰ ਤੁਸੀਂ ਦੱਸਣੀ ਹੈ? ਗਰਮੀ ਵਾਲੀ ਲੱਭ ਜਾਣੀ। ਉਹ ਬੁੜੀ ਵਾਲੀਆਂ ਵੀ ਵਿਖਾ। ਇਹ ਇਹ ਵੇਖੋ, ਇਹ ਕਿਹੜੀ ਆ? ਮੈਂ ਵਿਖਾਉਣ ਡਿਆ ਵਾਂ ਜੀ, ਇਹ ਵੇਖੋ। ਮੈਂ ਨਾ ਵੇਖਣ ਲੈਣੀ, ਮੈਂ ਵਾਂ ਕਿ ਤੂੰ ਲੈਣੀ? ਵੇਖੋ ਵੇਖੋ, ਇਹ ਇਹ ਵੇਖੋ, ਇਹ ਸ਼ੀਸ਼ੇ ਵਾਲੀ ਆ। ਹਾਂਜੀ, ਇਹਦੇ ਨਾਲ ਕੰਘਾ ਵੀ ਦੇਈਦਾ। ਪੂਰੀ ਆ ਜਾਏਗੀ? ਪੂਰੀ ਆ ਜਾਏਗੀ? ਤੁਸੀਂ ਲੈਣੀ? ਆਹੋ, ਘਰ ਵਾਲਿਆਂ ਵਾਸਤੇ ਵੀ ਲੈਣੀ ਆ ਨਾ, ਚਾਚੀ ਮੇਰੀ। ਛੱਡ ਦਿਓ ਤੁਸੀਂ, ਇਹ ਵੇਖੋ ਇਹ ਦੂਸਰੀ ਚਾਦਰ। ਇਹ ਕਿਹੜਾ ਕਲਰ ਆ? ਇਹ ਤੁਹਾਡੇ ਸਾਹਮਣੇ ਹੀ ਆ, ਕਿਹੜਾ ਕਲਰ ਆ? ਮਿੱਟੀ ਕਲਰ ਜੀ, ਇਹਦੇ ਵਿੱਚ ਹੈ ਬਰੀਕ ਮਿੱਟੀ ਕਲਰ। ਮਿੱਟੀ ਕਲਰ? ਹਾਂ, ਇਹ ਇੱਕ ਸਾਲ ਧੋਣਾ ਨਾ, ਆਪੇ ਮਿੱਟੀ ਕਲਰ ਹੋ ਜਾਏਗਾ। ਯਾਨੀ ਕਿ ਮੈਂ ਘਰ ਦੇ ਵਿੱਚ ਕੱਪੜੇ ਨਹੀਂ ਧੋਂਦਾ? ਮੈਂ ਕਿਹਾ ਤੁਸੀਂ ਪੱਕਾ ਕਲਰ ਹੋ ਜਾਊਗਾ। ਪੱਕਾ ਕਲਰ? ਇਹ ਤੇ ਸੀਮੈਂਟ ਲੱਗ ਜਾਣਾ। ਚਲੋ ਹੋਰ ਕੋਈ ਕਲਰ ਵਿਖਾ ਦਿੰਦੇ ਤੁਹਾਨੂੰ। ਕੈਸਾ ਮਰੇ ਚੂਹੇ ਵਰਗਾ ਮੂੰਹ ਕੱਢਿਆ, ਉਹ ਕਲਰ ਨਹੀਂ ਲੱਗਦਾ, ਫਲਾਨਾ ਨਹੀਂ ਲੱਗਦਾ। ਉਹ ਚਿੱਟੀ ਦਿਖਾ ਖਾ, ਹੈ ਲੈ। ਉਹ ਪਰਲੀ ਚਿੱਟੀ ਲੈ ਲਓ, ਅੱਲਾ ਵੱਲੋਂ ਪੂਰੇ ਹੋ ਜਾਏ। ਮਰ ਗਿਆ ਮੈਂ ਤੇਰਾ ਮਤਲਬ ਕਿ ਚਾਦਰ ਵੀ ਲਈ ਮੈਂ ਮਰ ਗਿਆ? ਨਹੀਂ ਨਹੀਂ, ਮੈਚ ਦੀ ਗੱਲ ਕਰ ਰਿਹਾ ਮੈਂ ਜਨਾਬ। ਮੈਚ ਮੂੰਹ ਚ ਮੈਂ ਨਹੀਂ ਵੇਖਦਾ। ਕਿੰਨੇ ਥਾਣੇ ਚ ਹੁੰਦੀ ਆ? ਇਹੀ ਥਾਣੇ ਜਿਹੜਾ ਤੁਹਾਡੇ ਕੋਲ, ਇਹ ਦੇਸੀ ਬੱਕਰੀ ਦੇ ਥਾਣੇ ਚ ਹੁੰਦੀ। ਤੈਨੂੰ ਗਾਹਕ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਹੈਗੀ? 28 ਲਾ ਲਵਾਂ ਹੁਣ ਤੁਹਾਡੇ ਵਾਸਤੇ। ਕਰਦਾ ਕੋਈ ਟੁੱਟਾ ਸਮੋਸਾ? ਇਹ ਕਿੰਨੇ ਦੀ ਚਾਦਰ ਆ? ਤੁਸੀਂ ਕਿੰਨੇ ਵਾਲੀ ਲੈਣੀ? ਸਾਰੀ ਕਿੰਨੇ ਦੀ ਆ? ਸਾਰੀ ਕੀ ਮਤਲਬ, ਤੁਸੀਂ ਅੱਧ ਗੱਜ ਲੈ ਕੇ ਜਾਣੀ? ਪੈਸੇ ਦੱਸ ਕਿੰਨੇ? ਇਹ ਪੈਸੇ ਹੈ ਵੇ, ਇਹਦਾ 6000 ਰੁਪਇਆ। ਕਿਹਦਾ? ਇਹਦਾ। ਦੁਕਾਨ ਦਾ ਕਿਰਾਇਆ ਮੈਂ ਦੇਣਾ ਯਾਰ। ਤੁਹਾਨੂੰ ਕਹੀ ਇਹੋ ਜਿਹੀ ਗੱਲ? ਆਏ ਕਿੱਥੋਂ, ਕਿਹੜੇ ਇਲਾਕੇ 'ਚ ਆਏ ਹੋ ਤੁਸੀਂ? ਝੰਗ ਮਰੀ ਫਿਰ ਰਹੇ ਹੋ ਤੁਸੀਂ? ਝੰਗ 'ਚੋਂ ਆਏ? ਆਹੋ, ਤੇ ਉੱਥੋਂ ਹੀ ਲਵੋ ਤੁਸੀਂ 30 ਵਾਲੀ ਚਾਦਰ। ਇੰਜ ਕਰ, ਖੁੱਲ ਦਿਖਾ ਮੈਨੂੰ ਸਹੀ ਤਰ੍ਹਾਂ। ਇਹ ਸਹੀ, ਇਹ ਰੰਗ ਪੱਕਾ ਹੈ ਇਹਦਾ, ਅਸੀਂ ਕੋਈ ਰੰਗਾ ਨਹੀਂ ਰਹੇ ਤੁਹਾਡੇ ਕੋਲੋਂ। ਸੁੱਕ ਜਾਏਗੀ ਤੇ ਇੰਜ 2-3 ਵਾਰੀ ਕੀਤੀ? ਹਾਂਜੀ। ਇਹਦਾ ਫੁੱਲ ਜਾਣ ਤਾਂ ਨਹੀਂ ਡਿੱਗੇਗਾ? ਨਹੀਂ ਨਹੀਂ, ਟਾਈਮ ਨਾਲ ਪਾਣੀ ਦਿੰਦੇ ਰਹਿਣਾ, ਨਹੀਂ ਡਿੱਗੇਗਾ। ਮਾਲੀ ਲੱਗਦਾ ਮੈਂ ਤੈਨੂੰ? ਇਨਸਾਨ ਵੀ ਨਹੀਂ ਲੱਗ ਰਹੇ ਤੁਸੀਂ। ਇੱਥੇ ਮਰੀ ਫਿਰਨ ਆਏ ਹੋ ਕਿ ਤੂੜੀ ਲੈ ਕੇ ਆਏ ਹੋ ਤੁਸੀਂ? ਇਹ ਕਿੰਨੇ ਦੀ? ਇਹ ਮੈਂ ਦੱਸਣਾ ਤੁਹਾਨੂੰ ਕਿੰਨੇ ਦੀ। ਇਹ ਵਾਲੀ ਜੀ? ਇਹ ਥੱਲੇ ਲਈ? ਇਹ ਤੇਰੀ ਉਂਗਲ ਟੁੱਟੀ ਆ, ਉੱਤੇ ਲੱਗੀ ਆ। ਕਿਹੜੀ? ਥੱਲੇ ਵੇਖ। ਕਿਹੜੀ ਦੱਸੋ? ਇਹ ਲਈ? ਇਹ ਜਿਹੜੀ ਚਿੱਟ ਵਾਲੀ? ਆ ਚਿੱਟ ਵਾਲੀ। ਆਹ, ਇਹ ਬਿਮਾਰ ਹੈ ਤੇ ਚਿੱਟ ਲਾਈ? ਨਹੀਂ ਨਹੀਂ, ਇਹ ਲਾਈ ਹੈ ਕਿ ਤੁਹਾਨੂੰ ਇਹ ਪਸੰਦ ਜੂ ਆ ਗਈ, ਰੇਟ ਆ ਜੀ। ਇਹ ਵੇਖੋ, ਇਹ 2000 ਦੀ ਤੁਹਾਨੂੰ ਲੱਭ ਜਾਏਗੀ। ਇਹ ਜਿਹੜੀ? ਹਾਂਜੀ, ਹਾਂ, ਇਹ 2000 ਦੀ ਲੱਭ ਜਾਏਗੀ। ਇਹ ਸਿਰਫ 2 ਵਾਰੀ ਲੈਣੀ ਤੁਸੀਂ? 2000 ਦੀ 2 ਵਾਰੀ ਲੈਣਾ? ਹਾਂ, ਇਹ 2 ਵਾਰੀ ਲੈਣੀ ਹੈ ਤੁਸੀਂ, ਉਸ ਤੋਂ ਬਾਅਦ ਫਿਰ ਤੁਸੀਂ ਵਾਪਸ ਦੇ ਜਾਣਾ।
ਗੱਲ ਸੁਣ, ਤੂੰ ਇੱਥੇ ਦੁਕਾਨ ਤੇ ਕੀ ਲੱਗਦਾ? ਮੈਂ ਇੱਥੇ ਡਿਪਟੀ ਲੱਗਾ, ਮੈਂ ਤੇ ਸੇਲਮੈਨ ਹਾਂ ਜੀ, ਹੋਰ ਕੀ। ਤੇਰਾ ਮਾਲਕ ਕਿੱਥੇ ਆ? ਮਾਲਕ ਇੱਥੇ ਨੇ, ਰੋਟੀ ਖਾਣ ਗਏ ਨੇ। ਕੱਲੀ ਖਾਣ ਚਲੇ ਗਏ? ਉਹਨਾਂ ਨੂੰ ਨਹੀਂ ਸੀ ਪਤਾ ਕਿ ਤੁਸੀਂ ਭੁੱਖੇ ਹੋ। ਕੀ ਪੱਕਾ ਸੀ ਘਰ? ਫਰਸ਼ ਪੱਕਾ ਜੀ। ਹਾਂਡੀ ਹੁੰਡੀ ਨਹੀਂ ਪਕਾਈ ਉਹਨੇ? ਪਕਾਈ ਜਾ ਵੇਖਿਆ, ਸਾਲਣ ਸੁਲਣ ਲਿਆ ਥੋੜਾ ਜਿਹਾ। ਹੈ ਜੀ, ਸਾਲਣ ਲਿਆ ਮਰੀ ਆਇਆ। ਤੁਸੀਂ ਖਾਣੀ? ਨਹੀਂ, ਤੁਸੀਂ ਵੀ ਨਾਲ ਖਾ ਲੈਣਾ, ਤੁਹਾਡਾ ਵੀ ਭੁੱਖ ਰਗਾ ਮੂੰਹ। ਚਾਦਰ ਕਿਹੜੀ ਲੈਣੀ ਹੈ ਦੱਸੋ ਮੈਨੂੰ, ਰੋਟੀ ਖਾਣ ਆਏ ਕਿ ਚਾਦਰ ਲੈਣ ਆਏ ਤੁਸੀਂ? ਚਾਦਰ ਦੇ ਦੇ ਜਿਹੜੀ ਮਰਜ਼ੀ। ਪੈਸਿਆਂ ਦੀ ਆਉਂਦੀ ਹੈ ਨਾ, ਆਪੇ ਤਾਂ ਕਿਹਾ ਲੈ ਲਾ। ਆਹੋ ਤੇ ਲਵੋ ਨਾ, ਆਏ ਹੋ ਦੁਕਾਨ ਦੇ ਵਿੱਚ, ਚਾਦਰ ਨਹੀਂ ਲੈਣੀ ਤੁਸੀਂ? ਤੁਹਾਡੇ ਕੋਲ ਕਿਹੜੀ ਪਈ ਹੈ? ਸਾਡੇ ਕੋਲ ਇਹੋ ਹੀ ਪਈ ਹੈ, ਅਸੀਂ ਤੁਹਾਡੇ ਸਾਹਮਣੇ ਸਾਰੀ ਵਰਾਇਟੀਆਂ ਵੇਖੋ ਪਈਆਂ ਭਾਜੀ। ਛੋਟੀ ਜੀ ਚਾਦਰ ਨਹੀਂ ਹੈ ਜਿਹੜੀ ਬੰਦਾ ਇੱਦਾਂ ਲਾ ਲਵੇ ਤੇ ਜੇਬੀ 'ਚ ਵੀ ਪਾ ਲਏ। ਉਹ ਫਿਰ ਤੁਸੀਂ ਕਿਸੇ ਪਠਾਨ ਕੋਲੋਂ ਚੈਨਾ ਦਾ ਰੁਮਾਲ ਵੇਖੋ। ਰੁਮਾਲ ਨਹੀਂ ਚਾਦਰ ਹੋਵੇ? ਚਾਦਰ ਇਹ ਹੀ ਹੈ ਸਾਡੇ ਕੋਲ ਜੀ, ਇਹ ਵੱਡੇ ਭਰ ਦੀਆਂ ਚਾਦਰਾਂ। ਇਹ ਕਿੰਨੇ ਦੀ ਹੈ? ਇਹ ਵਾਲੀ ਜੀ, ਇੱਧਰਲੀ, ਇੱਧਰ ਵਾਲੀ, ਇਹ 3000 ਰੁਪਏ ਦੀ ਜੀ। ਇਹ ਦਹਾ, ਤੁਸੀਂ ਇੱਥੋਂ ਹੀ ਵੇਖ ਲਓ, ਤੁਸੀਂ ਸਾਰੀਆਂ ਵੇਖ ਲਈਆਂ ਨੇ। ਨਹੀਂ ਉਹ ਰੇਟ ਥੋੜਾ ਨਾ, ਮੈਂ ਮਹਿੰਗੀ ਲੈ ਲਾ। ਨਹੀਂ ਜੀ ਇਹ ਠੀਕ ਹੈ, ਤੁਸੀਂ ਮੈਨੂੰ ਦੱਸਣਾ ਹੈ ਪਸੰਦ ਕਰੋ ਤੁਸੀਂ ਬਸ, ਇਹ ਇੰਨਾ ਚੋ ਹੈ ਤੁਹਾਡੇ ਸਾਹਮਣੇ ਲੱਗੇ ਨੇ, ਦੱਸ ਦਿਓ ਮੈਨੂੰ ਕਿਹੜੀ ਲੈਣੀ ਤੁਸੀਂ। ਇਹ ਵਾਲੀ ਬਹਾਓ, ਇਹ ਤੁਸੀਂ ਵੇਖੋ ਨਾ, ਬਹਾ ਦੇ, ਇਹ ਦਹਾ ਦੇ। ਚਾਦਰ ਲੈਣੀ ਜੋ ਚਾਦਰ ਆ? ਹਾਂ ਇਹ ਬਹਾ ਦੇ। ਇਹ ਤੁਹਾਨੂੰ ਵਿਖਾਤੀ ਹੈ, ਵੇਖੋ ਖੋਲ ਕੇ। ਨਹੀਂ ਨਹੀਂ ਇਹ ਵਾਲੀ, ਇਹ ਵਾਲੀ, ਇਹ ਵਾਲੀ। ਹਾਂ ਮੈਂ ਖੋਲ ਕੇ ਵਿਖਾ ਰਿਹਾ ਤੁਹਾਨੂੰ, ਇਹ ਵੇਖੋ। ਇਹ ਬੜਾ ਬਿਹਤਰੀਨ ਕੱਪੜਾ ਹੈ, ਸਾਰਾ ਪਸ਼ਮ ਦਾ ਕੰਮ ਹੋਇਆ ਇਹਦੇ ਤੇ। ਇਹ ਜਿਹੜਾ? ਹਾਂਜੀ, ਬਿਹਤਰੀਨ ਹੈਗਾ ਕੱਪੜਾ। ਇਹ ਤੁਸੀਂ ਲਓਗੇ ਤੇ ਤੁਹਾਨੂੰ ਇਨਸ਼ਾਅੱਲਾ ਫੈਮਿਲੀ ਵੀ ਤੁਹਾਡੀ ਕਹੇਗੀ ਕਿ ਅੱਛੀ ਨਸਲ ਦੇ ਤੁਸੀਂ ਲਿਆਂਦੇ ਨੇ ਕੱਪੜੇ। ਪਸੰਦ ਕਿਹਨੇ ਕਰਨੇ? ਪਸੰਦ ਹੋਣ ਤੁਹਾਡੇ ਨਾਲ ਫੈਮਿਲੀ ਨਹੀਂ ਨਾ ਹੈਗੀ, ਨਹੀਂ ਤੇ ਫੈਮਿਲੀ ਪਸੰਦ ਕਰਦੀ ਹੋਣ, ਤੁਸੀਂ ਆਪ ਸਾਦੇ ਆਦਮੀ ਹੋ। ਘਰਦਿਆਂ ਵਾਸਤੇ ਤਾਂ ਜੋ ਵਡੇਰੇ ਲੈ ਜਾਣ ਉਹ ਪਸੰਦ ਆ ਹੀ ਜਾਂਦਾ। ਵਡੇਰਾ ਕੀ 190 ਸਾਲਾਂ ਦਾ ਹੋ ਗਿਆ? ਨਹੀਂ ਨਹੀਂ ਅਜੇ ਤੁਹਾਡੇ ਦੁੱਧ ਦੇ ਦੰਦ ਆਉਣ ਡੇ। ਕਿੰਨੇ ਦੀ ਇਹ? ਇਹ ਭਾਜੀ ਇਹ ਹੈਗੀ ਆ 3000 ਦੀ। ਤੇ ਕੋ ਹਜ਼ਾਰਾਂ ਵਾਲੀਆਂ ਹੀ ਸਾਰੀਆਂ? ਆਏ ਕਿੱਥੇ ਹੋ ਤੁਸੀਂ, ਪਤੋ ਕੀ ਫਿਰਨ ਡਏ ਆ ਤੁਸੀਂ? ਮਰੀ ਜੀ ਆਇਆ। ਆ ਤੇ ਇੱਥੇ ਮਰ ਜਾਓਗੇ ਤੁਸੀਂ, 2-3 ਚਾਦਰਾਂ ਹੋਰ ਲਈਆਂ। ਜੈਜ ਜੈਜ ਲਾਇ ਜੈ ਜੈ ਜੀ ਆ, ਜੈ ਜੀ ਆ ਭਾਜੀ, 3 ਲਾ ਲਾਂਗਾ। ਇਹਦਾ 1.5 ਲੱਖ ਰੁਪਇਆ ਕਿਰਾਇਆ ਦੇਈਦਾ ਦੁਕਾਨ ਦਾ। ਤੁਸੀਂ ਚਾਦਰਾਂ ਚੁੱਕ ਲਓ, ਮੈਂ ਦੇਈ ਜਾਂਦਾ ਇੱਥੇ ਫਿਰ। ਅਸੀਂ ਤੁਹਾਨੂੰ ਨਹੀਂ ਦੇਣਾ, ਤੁਸੀਂ ਇੱਥੇ ਮੱਝਾਂ ਰੱਖ ਲਵੋ। ਮੱਝਾਂ ਰੱਖ ਲਓ, 3 ਚਾਦਰਾਂ ਦੇ ਦੇ ਤੇ 1300 ਰੁਪਇਆ ਲਾ ਲਾ। ਹਜੇ 3 ਚਾਦਰਾਂ ਦੇ ਦੇ ਤੇ 1300 ਰੁਪਇਆ ਦੇਵਾਂਗਾ। ਤੁਸੀਂ ਇਹ 1300 ਰੁਪਇਆ ਕੋਲ ਰੱਖੋ ਨਾ, ਸ਼ਾਮ ਪੈਣ ਵਾਲੀ ਵਾਪਸ ਵੀ ਜਾਣਾ ਤੁਸੀਂ। ਵਾਪਸ ਮੈਂ ਚਲੀ ਜਾਣਾ? ਆ ਤੇ ਤੁਸੀਂ ਚਲੇ ਜਾਓ ਨਾ, ਇੱਥੇ ਤੁਹਾਡੇ ਬਾਰੇ ਦਾ ਕੰਮ ਨਹੀਂ ਹੈਗਾ। ਛੱਡ ਦਿਓ ਭਾਜੀ, ਛੱਡ ਦਿਓ, ਚਲੇ ਜਾਓ ਤੁਸੀਂ। ਕਿੰਨੇ ਲੈਣੇ ਹੁਣ ਫਿਰ? ਤੁਹਾਨੂੰ ਦੱਸਿਆ ਕਿ ਇਹ ਤੁਹਾਡੇ ਪਿਆਰ ਦੀ ਖਾਤਰ ਤੁਹਾਨੂੰ ਕਰ ਦਿਆਂਗੇ, ਇਹਦੇ ਚੋਂ ਤੁਹਾਨੂੰ ਲੈਸ ਕਰ ਦਿਆਂਗੇ 200 ਰੁਪਈਆ, ਇਹ ਚੋਂ 100 ਕਰ ਦਿਆਂਗੇ ਤੁਹਾਨੂੰ। ਟੋਟਲ ਯਾਨੀ ਕਿ 1100 ਹੋ ਗਿਆ। ਹਾਂਜੀ, ਉਹਦੇ ਚੋਂ ਵੀ ਲੈਸ ਕਰਕੇ ਤੇ ਇਹਦੇ ਚੋਂ 1100 ਰੁਪਈਆ ਹੋ ਗਿਆ ਨਾ। ਮੈਨੂੰ ਲੱਗਦਾ ਜਿਹੜੇ ਸਕੂਲੇ ਤੁਸੀਂ ਪੜ੍ਹੇ ਹੋ ਨਾ ਉਹ ਹਜੇ ਬਣਨ ਡਏ ਆ। ਤੇਰੀ ਇੱਕ ਜ਼ਬਾਨ ਆ ਕਿ 2 ਜ਼ਬਾਨਾਂ? ਮੈਂ ਕਿਹਾ ਉਹਦੇ ਵਿੱਚ 100 ਘੱਟ ਕਰ ਦਿਆਂਗੇ ਤੇ 100, ਮੈਂ ਤੈਨੂੰ 1300 ਦੱਸਿਆ ਤਾਂ ਮਤਲਬ 200 ਉੱਡ ਗਿਆ ਤੇ 1100 ਹੀ ਰਹਿ ਗਿਆ। ਇਹਦੇ ਚੋਂ 3000 ਚੋਂ 100, 200 ਘੱਟ ਹੋਣਾ ਜੇ,
ਇਹ 3000 ਚ 100 ਘੱਟ ਹੋਣਾ ਜੀ, ਯਾਨੀ ਕਿ 100-100 ਘੱਟ ਕਰੂੰਗਾ। ਹਾਂਜੀ, ਤੁਹਾਨੂੰ 100 ਵਾਰੀ ਸਮਝਾਇਆ, ਸਮਝ ਨਹੀਂ ਆਉਂਦੀ ਤੁਹਾਨੂੰ। 30 ਚਾਦਰਾਂ ਜੋ ਹੋਣ, ਉਹ ਹੈ ਨੇ ਸਾਡੇ ਕੋਲ, ਤੁਸੀਂ ਲੈਣੀਆਂ ਜਿੰਨੀਆਂ ਨੇ ਉਹ ਮੈਨੂੰ ਦੱਸੋ, ਪੈਸੇ ਜਿੰਨੇ ਹੈ ਨੇ ਨਾ। 100 ਰੁਪਇਆ ਘੱਟ ਬਾਈ ਸਾਰਿਆਂ ਚੋਂ, ਸਾਰਿਆਂ ਚੋਂ ਜਿੰਨੇ ਤੁਸੀਂ ਪੈਸੇ ਦੱਸੇ ਆ। ਹਾਂਜੀ, ਕਿ 100 ਰੁਪਇਆ ਘੱਟ ਕਰ ਦਿਆਂਗੇ। ਹਾਂਜੀ ਹਾਂਜੀ, 21 ਚਾਦਰਾਂ ਦੇ ਵਿੱਚੋਂ 100-100 ਘੱਟ ਹੋ ਗਿਆ। ਅੱਛਾ, ਪਿੱਛੇ 1100 ਹੀ ਰਹਿ ਗਏ ਨਾ 300 ਚੋਂ। ਆਹੋ, ਤੇ 1100 ਲੈ ਲਓ, ਉਹ ਪਿੱਛੇ ਜਿੰਨੇ ਰਹਿ ਗਏ ਉਹ 10 ਹੋ ਜਾਣੇ ਨੇ, ਤੁਸੀਂ ਇਹ ਵੀ ਗੌਰ ਰੱਖੋ। ਪੈਸੇ ਦੀ ਤੇ ਟੈਨਸ਼ਨ ਨਹੀਂ ਹੈਗੀ ਜੀ। ਆਹੋ, ਟੈਨਸ਼ਨ ਤੇ ਸਾਨੂੰ ਆ ਜਿਹੜੇ ਸਾਨੂੰ ਲੱਭਣ ਨਹੀਂ ਰਹੇ ਤੁਹਾਡੇ ਕੋਲੋਂ। ਚੱਲ, ਕਿੰਨੇ ਹੋਣ? ਚਾਦਰਾਂ ਨੂੰ ਨਾ ਹੱਥ ਲਾਓ ਭਾਜੀ, ਜਾਓ ਤੁਸੀਂ, ਤੁਸੀਂ ਨਹੀਂ ਲੈਣੀ ਚਾਦਰ, ਜਾਓ। ਤੁਹਾਨੂੰ ਤਮੀਜ਼ ਨਹੀਂ ਆ ਗੱਲ ਕਰਨ? ਤੁਸੀਂ ਟਾਈਮ ਜ਼ਾਇਆ ਕਰਨ ਦੇ, ਜਾਓ। ਟਾਈਮ ਜ਼ਾਇਆ ਕਰਨ ਦੇ, ਤੁਹਾਨੂੰ ਸਮਝ ਨਹੀਂ ਆ? ਚਲੋ ਇੱਥੋਂ, ਕਿੱਥੇ ਜਾਵਾਂ? ਇੱਧਰ ਇੱਧਰ ਚੱਲ, ਇੱਧਰ ਚੱਲ, ਚੱਲ ਬਾਹਰ ਹੋ, ਚੱਲ ਬਾਹਰ ਹੋ। 200 ਦੀ ਚਾਦਰ ਦੇਣ ਦੇ ਸਾਰੇ, ਤੂੰ ਧੋਤੀ 300 ਦੀ ਪਾਈ, ਇੱਥੇ ਤੂੰ ਚਾਦਰ ਲੈਣ ਆ ਗਿਆ 150 ਵਾਲੀ। ਦਿੰਦੇ ਨਹੀਂ ਕਿ 150 ਦੀ? ਕਿਉਂ, ਕੌਣ ਦਿੰਦਾ? ਚੱਲ, ਸਾਰੇ ਦਿੰਦੇ ਆ।